ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੁਟੀਨ ਦੇ ਵਿੱਚ ਜੀ ਅੱਜ ਅਸੀਂ ਬਣਾਵਾਂਗੇ ਦਾਲ ਵਾਲੇ ਸਮੋਸੇ ਆਲੂਆਂ ਵਾਲੇ ਸਮੋਸੇ ਤੁਸੀਂ ਬਹੁਤ ਖਾਦੇ ਹੋਣਗੇ ਪਰ ਅਸੀਂ ਅੱਜ ਦਾਲ ਵਾਲੇ ਸਮੋਸੇ ਬਣਾ ਕੇ ਤਿਆਰ ਕਰਾਂਗੇ ਅਸੀਂ ਇਹ ਸਮੋਸੇ ਛੋੜਲੀ ਦੀ ਦਾਲ ਤੋਂ ਤਿਆਰ ਕਰਾਂਗੇ ਇਹ ਬਹੁਤ ਹੀ ਸਵਾਦ ਬਨ ਕੇ ਤਿਆਰ ਹੋਣਗੇ ਚਲੋ ਜੀ ਅੱਜ ਦੀ ਅਸੀਂ ਰੈਸਪੀ ਸ਼ੁਰੂ ਕਰ ਲੈਂਦੇ ਆ ਸਭ ਤੋਂ ਪਹਿਲਾਂ ਅਸੀਂ ਮੈਦੇ ਦਾ ਡੋ ਤਿਆਰ ਕਰ ਲਵਾਂਗੇ ਉਸ ਦੇ ਲਈ ਅਸੀਂ ਇੱਕ ਕੌਲੀ ਮੈਦੇ ਦੀ ਲੈ ਲਵਾਂਗੇ ਅਤੇ ਇਸ ਦੇ ਵਿੱਚ ਅਸੀਂ ਸਵਾਦ ਅਨੁਸਾਰ ਨਮਕ ਐਡ ਕਰ ਦਵਾਂਗੇ ਚਮਚੇ ਦਾ ਚੌਥਾ ਹਿੱਸਾ ਅਸੀਂ ਜਵੈਨ ਐਡ ਕਰ ਦਵਾਂਗੇ 3-4 ਚਮਚ ਅਸੀਂ ਦੇਸੀ ਘਿਓ ਦੇ ਐਡ ਕਰਾਂਗੇ ਤੁਸੀਂ ਇੱਥੇ ਰਿਫਾਈਨਡ ਆਇਲ ਵੀ ਪਾ ਸਕਦੇ ਆ ਘਿਓ ਪਾਉਣ ਤੋਂ ਬਾਅਦ ਅਸੀਂ ਚੰਗੀ ਤਰ੍ਹਾਂ ਦੇ ਨਾਲ ਇਸ ਨੂੰ ਮੈਦੇ ਦੇ ਵਿੱਚ ਮਿਕਸ ਕਰ ਦਵਾਂਗੇ ਮੈਦੇ ਦੇ ਵਿੱਚ ਘਿਓ ਦਾ ਮਾਅਨ ਇੰਨਾ ਕੁ ਪਾਉਣਾ ਹੈ ਕਿ ਸਾਡੀ ਮੁਠੀ ਬੰਨੀ ਚਾਹੀਦੀ ਹੈ ਤਾਂ ਹੀ ਸਾਡੇ ਸਮੋਸੇ ਵਧੀਆ ਬਣਨਗੇ ਤੇ ਖਾਸਤਾ ਬਣਨਗੇ ਇੱਥੇ ਤੁਸੀਂ ਦੇਖ ਸਕਦੇ ਆ ਕਿ ਸਾਡੇ ਮੈਦੇ ਦੀ ਮੁੱਠੀ ਬਣ ਰਹੀ ਹੈ ਇਸ ਦਾ ਮਤਲਬ ਇਹ ਹੈ ਕਿ ਸਾਡਾ ਘਿਓ ਬਿਲਕੁਲ ਸਹੀ ਪਾਇਆ ਹੋਇਆ ਹੈ ਹੁਣ ਅਸੀਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਐਡ ਕਰਦੇ ਹੋਏ ਇੱਕ ਆਟਾ ਗੁੰਨ ਕੇ ਤਿਆਰ ਕਰ ਲਵਾਂਗੇ ਅਸੀਂ ਇੱਥੇ ਸੌਫਟ ਜਿਹਾ ਆਟਾ ਗੁੰਨ ਕੇ ਤਿਆਰ ਕਰਾਂਗੇ ਇਹ ਡੋ ਬਿਲਕੁਲ ਵੀ ਸਖਤ ਨਹੀਂ ਹੋਣਾ ਚਾਹੀਦਾ ਇੱਥੇ ਅਸੀਂ ਮੈਦੇ ਦਾ ਡੋ ਬਣਾ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਇੱਕ ਗੈਸ ਦੇ ਉੱਪਰ ਕੜਾਈ ਰੱਖ ਲਵਾਂਗੇ ਅਤੇ ਆਪਣੀ ਫੀਲਿੰਗ ਤਿਆਰ ਕਰ ਲਵਾਂਗੇ ਉਸਦੇ ਲਈ ਅਸੀਂ ਇੱਕ ਕੜਛੀ ਸਰੋਂ ਤੇਲ ਕੜਾਈ ਵਿੱਚ ਪਾ ਦਵਾਂਗੇ ਜਦੋਂ ਸਾਡਾ ਤੇਲ ਚੰਗੀ ਤਰ੍ਹਾਂ ਦੇ ਨਾਲ ਗਰਮ ਹੋ ਗਿਆ ਅਸੀਂ ਇਹਦੇ ਵਿੱਚ ਅੱਧਾ ਚਮਚ ਸਾਬਤ ਜੀਰਾ ਐਡ ਕਰ ਦਵਾਂਗੇ ਅਤੇ ਜੀਰੇ ਨੂੰ ਵੀ ਭੁੰਨ ਲਵਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਇੱਕ ਕੌਲੀ ਪਿਆਜ਼ ਐਡ ਕਰ ਦਵਾਂਗੇ ਪਿਆਜ਼ ਅਸੀਂ ਇੱਥੇ ਥੋੜੇ ਛੋਟੇ-ਛੋਟੇ ਕੱਟ ਕੇ ਹੀ ਐਡ ਕੀਤੇ ਹਨ ਪਿਆਜ਼ ਪੋਂਨ ਤੋਂ ਬਾਅਦ ਅਸੀਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ ਤੇ ਇਹਨਾਂ ਨੂੰ ਵੀ ਹਲਕਾ ਜਿਹਾ ਪਕਾ ਲਵਾਂਗੇ ਅਸੀਂ ਆਪਣੇ ਪਿਆਜ਼ਾਂ ਨੂੰ ਜ਼ਿਆਦਾ ਨਹੀਂ ਭੁੰਨਾਂਗੇ ਇੱਥੇ ਸਾਡੇ ਪਿਆਜ਼ ਹਲਕੇ ਜੇ ਭੁੰਨ ਹੋ ਗਏ ਆ ਹੁਣ ਅਸੀਂ ਇਹਦੇ ਵਿੱਚ ਆਪਣੇ ਮਸਾਲੇ ਐਡ ਕਰ ਦਵਾਂਗੇ ਸਭ ਤੋਂ ਪਹਿਲਾਂ ਅਸੀਂ ਸਵਾਦ ਅਨੁਸਾਰ ਨਮਕ ਐਡ ਕਰਾਂਗੇ ਉਸ ਤੋਂ ਬਾਅਦ ਅਸੀਂ ਅੱਧਾ ਚਮਚ ਇਹਦੇ ਵਿੱਚ ਜੀਰਾ ਪਾਊਡਰ ਐਡ ਕਰ ਦਵਾਂਗੇ ਚਮਚੇ ਦਾ ਚੌਥਾ ਹਿੱਸਾ ਅਸੀਂ ਲਾਲ ਮਿਰਚ ਪਾਊਡਰ ਐਡ ਕਰਾਂਗੇ ਚਮਚੇ ਦਾ ਚੌਥਾ ਹਿੱਸਾ ਹੀ ਅਸੀਂ ਇਹਦੇ ਵਿੱਚ ਹਲਦੀ ਪਾਊਡਰ ਐਡ ਕਰਾਂਗੇ ਅੱਧਾ ਚਮਚ ਅਸੀਂ ਚਾਟ ਮਸਾਲਾ ਐਡ ਕਰ ਦੇਵਾਂਗੇ ਤਿੰਨ ਚਾਰ ਹਰੀਆਂ ਮਿਰਚਾਂ ਨੂੰ ਬਰੀਕ-ਬਰੀਕ ਕੱਟ ਕੇ ਐਡ ਕਰ ਦੇਵਾਂਗੇ ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਮਿਕਸ ਕਰ ਲਵਾਂਗੇ ਤੇ ਹਲਕਾ ਜਿਹਾ ਪਕਾ ਲਵਾਂਗੇ ਇੱਥੇ ਅਸੀਂ ਛੋਲਿਆਂ ਦੀ ਦਾਲ ਦੇ ਸਮੋਸੇ ਬਣਾ ਰਹੇ ਹਾਂ ਇਸ ਲਈ ਅਸੀਂ ਛੋਲਿਆਂ ਦੀ ਦਾਲ ਨੂੰ ਪਹਿਲੇ ਹੀ ਉਬਾਲ ਕੇ ਰੱਖ ਲਿਆ ਹੈ ਇੱਥੇ ਸਾਡੇ ਮਸਾਲੇ ਹਲਕੇ ਜੇ ਪੱਕ ਗਏ ਆ ਹੁਣ ਅਸੀਂ ਇਹਦੇ ਵਿੱਚ ਐਡ ਕਰ ਦਵਾਂਗੇ ਦਾਲ ਅਸੀਂ ਇੱਥੇ ਛੋਲਿਆਂ ਦੀ ਦਾਲ ਨੂੰ ਉਬਾਲ ਕੇ ਐਡ ਕੀਤਾ ਹੈ ਦਾਲ ਪਉਣ ਤੋਂ ਬਾਅਦ ਅਸੀਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਸ਼ੋਲਿਆ ਦੀ ਦਾਲ ਵਾਲੇ ਸਮੋਸੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਆ ਇਹ ਆਲੂਆਂ ਦੇ ਸਮੋਸਿਆਂ ਨਾਲੋਂ ਕਿਤੇ ਵੱਧ ਟੇਸਟੀ ਹੁੰਦੇ ਆ ਅਤੇ ਹੈਲਦੀ ਹੁੰਦੇ ਆ ਇੱਥੇ ਅਸੀਂ ਦਾਲ ਨੂੰ ਚੰਗੀ ਤਰ੍ਹਾਂ ਦੇ ਨਾਲ ਆਪਣੇ ਤੜਕੇ ਦੇ ਵਿੱਚ ਮਿਕਸ ਕਰ ਲਿਆ ਏ ਹੁਣ ਅਸੀਂ ਆਪਣੀ ਦਾਲ ਨੂੰ ਠੰਡੀ ਹੋਣ ਦੇ ਲਈ ਛੱਡ ਦੇਵਾਂਗੇ ਦੂਸਰੀ ਤਰਫ ਅਸੀਂ ਹੁਣ ਮੈਦੇ ਦੇ ਡੋਅ ਨੂੰ ਚੈੱਕ ਕਰ ਲੈਂਦੇ ਆ ਇੱਥੇ ਸਾਡੇ ਮੈਦੇ ਦੇ ਡੋਅ ਨੂੰ ਪਏ ਹੋਏ 10 ਮਿੰਟ ਹੋ ਗਏ ਆ ਹੁਣ ਅਸੀਂ ਇਸ ਨੂੰ ਥੋੜਾ ਜਿਹਾ ਦੁਬਾਰਾ ਮਸਾਲ ਲਾਵਾਂਗੇ ਹੁਣ ਅਸੀਂ ਮੈਦੇ ਦੇ ਡੋਅ ਦੇ ਛੋਟੇ-ਛੋਟੇ ਜਿਹੇ ਪੇੜੇ ਬਣਾ ਲਵਾਂਗੇ ਜਿਸ ਤਰ੍ਹਾਂ ਅਸੀਂ ਰੋਟੀ ਬਣਾਉਣ ਦੇ ਲਈ ਪੇੜੇ ਬਣਾਉਂਦੇ ਆ ਅਸੀਂ ਸਾਰੇ ਪੇੜੇ ਬਣਾ ਕੇ ਤਿਆਰ ਕਰ ਲਵਾਂਗੇ ਇੱਥੇ ਅਸੀਂ ਸਾਰੇ ਪੇੜੇ ਬਣਾ ਕੇ ਤਿਆਰ ਕਰ ਲਏ ਆ ਹੁਣ ਅਸੀਂ ਇੱਕ ਪੇੜੇ ਨੂੰ ਲੈ ਲਵਾਂਗੇ ਤੇ ਉਸ ਦੀ ਰੋਟੀ ਬੇਲ ਲਵਾਂਗੇ ਅਸੀਂ ਥੋੜਾ ਜਿਹਾ ਸੁੱਕਾ ਮੈਦਾ ਛਿੜਕ ਕੇ ਉਸ ਦੇ ਉੱਪਰ ਪੇੜਾ ਰੱਖ ਲਵਾਂਗੇ ਤੇ ਉਸ ਦੀ ਰੋਟੀ ਬੇਲ ਕੇ ਤਿਆਰ ਕਰ ਲਵਾਂਗੇ ਅਸੀਂ ਇੱਥੇ ਮੈਦੇ ਦੀ ਪਤਲੀ ਜਿਹੀ ਰੋਟੀ ਹੀ ਬੇਲਣੀ ਹੈ ਇੱਥੇ ਅਸੀਂ ਮੈਦੇ ਦੀ ਰੋਟੀ ਨੂੰ ਬੇਲ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਚਾਕੂ ਦੇ ਨਾਲ ਇਸ ਨੂੰ ਵਿਚਕਾਰ ਤੋਂ ਕੱਟ ਕਰ ਲਵਾਂਗੇ ਅਤੇ ਇਸ ਦੀ ਇੱਕ ਸਾਈਡ ਨੂੰ ਝੁੱਕ ਕੇ ਦੂਸਰੀ ਸਾਈਡ ਤੱਕ ਅਸੀਂ ਮਿਲਾ ਲਵਾਂਗੇ ਤੇ ਇਸ ਨੂੰ ਇੱਕ ਠਕਾਉਣੀ ਸ਼ੇਪ ਦੇ ਲਵਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਇੱਕ ਚਮਚ ਭਰ ਕੇ ਆਪਣੀ ਫੀਲਿੰਗ ਦਾ ਪਾ ਲਵਾਂਗੇ ਜੋ ਕਿ ਅਸੀਂ ਦਾਲ ਤੋਂ ਤਿਆਰ ਕੀਤੀ ਹੈ ਅਤੇ ਇਸ ਨੂੰ ਅਸੀਂ ਉੱਪਰੋਂ ਚੰਗੀ ਤਰ੍ਹਾਂ ਦੇ ਨਾਲ ਬੰਦ ਕਰ ਦੇਵਾਂਗੇ ਤਾਂ ਕਿ ਸਾਡੀ ਫੀਲਿੰਗ ਬਾਹਰ ਨਾ ਆਵੇ ਸੇਮ ਇਸੇ ਤਰੀਕੇ ਨਾਲ ਅਸੀਂ ਬਾਕੀ ਸਮੋਸੇ ਵੀ ਬਣਾ ਕੇ ਤਿਆਰ ਕਰ ਲਵਾਂਗੇ ਅਤੇ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਅਸੀਂ ਸਾਰੇ ਸਮੋਸਿਆਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਿਆ ਹੈ ਦੂਸਰੀ ਤਰਫ ਅਸੀਂ ਤੇਲ ਨੂੰ ਚੰਗੀ ਤਰ੍ਹਾਂ ਦੇ ਨਾਲ ਗਰਮ ਕਰ ਲਿਆ ਹੈ ਹੁਣ ਅਸੀਂ ਆਪਣਾ ਇੱਕ ਇੱਕ ਸਮੋਸਾ ਆਪਣੇ ਤੇਲ ਦੇ ਵਿੱਚ ਪਾ ਲਵਾਂਗੇ ਇੱਥੇ ਅਸੀਂ ਗੈਸ ਦੀ ਫਲੇਮ ਮੀਡੀਅਮ ਰੱਖਾਂਗੇ ਮੀਡੀਅਮ ਫਲੇਮ ਦੇ ਉੱਪਰ ਸਮੋਸੇ ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਆ ਤੇ ਅੰਦਰ ਤੱਕ ਪੱਕ ਜਾਂਦੇ ਆ ਅਸੀਂ ਸਾਰੇ ਸਮੋਸਿਆਂ ਨੂੰ ਤੇਲ ਦੇ ਵਿੱਚ ਪਾ ਲਿਆ ਹੈ ਜਦ ਤੱਕ ਸਾਡੇ ਸਮੋਸੇ ਫਰਾਈ ਹੋ ਰਹੇ ਆ ਤੁਸੀਂ ਜਲਦੀ ਜਲਦੀ ਜਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅਤੇ ਵੱਧ ਤੋਂ ਵੱਧ ਮੇਰੇ ਚੈਨਲ ਨੂੰ ਆਪਣੀ ਸਪੋਰਟ ਕਰਿਆ ਕਰੋ ਇੱਥੇ ਸਾਡੇ ਸਮੋਸੇ ਇੱਕ ਸਾਈਡ ਤੋਂ ਹਲਕੇ ਜਿਹਾ ਫਰਾਈ ਹੋ ਗਏ ਆ ਹੁਣ ਅਸੀਂ ਪਲਟ ਕੇ ਇਹਨਾਂ ਨੂੰ ਦੂਸਰੀ ਸਾਈਡ ਤੋਂ ਵੀ ਫਰਾਈ ਕਰ ਲਵਾਂਗੇ ਅਸੀਂ ਇੱਥੇ ਸਮੋਸਿਆਂ ਨੂੰ ਹਿਲਾਉਂਦੇ ਹੋਏ ਲਗਾਤਾਰ ਫਰਾਈ ਕਰਦੇ ਰਹਾਂਗੇ ਜਦ ਤੱਕ ਇਹ 골ਡਨ ਬ੍ਰਾਊਨ ਨਹੀਂ ਹੋ ਜਾਂਦੇ ਜਿਵੇਂ ਜਿਵੇਂ ਇਹ ਫਰਾਈ ਹੁੰਦੇ ਜਾਣਗੇ ਇਹਨਾਂ ਦਾ ਕਲਰ ਬਦਲਦਾ ਜਾਏਗਾ ਤੁਸੀਂ ਦੇਖ ਸਕਦੇ ਆ ਕਿ ਸਾਡੇ ਸਮੋਸੇ ਬਿਲਕੁਲ 골ਡਨ ਬ੍ਰਾਊਨ ਹੋ ਗਏ ਆ ਹੁਣ ਅਸੀਂ ਇਹਨਾਂ ਨੂੰ ਇੱਕ ਇੱਕ ਕਰਕੇ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਤੁਸੀਂ ਦੇਖ ਸਕਦੇ ਆ ਕਿ ਸਾਡੇ ਕਿੰਨੇ ਵਧੀਆ ਸਮੋਸੇ ਬਣ ਕੇ ਤਿਆਰ ਹੋ ਗਏ ਆ ਅਤੇ ਇਹਨਾਂ ਦਾ ਕਲਰ ਵੀ ਕਿੰਨਾ ਵਧੀਆ ਆਇਆ ਹੈ ਇਹ ਖਾਣੇ ਨੂੰ ਵੀ ਬਹੁਤ ਹੀ ਟੇਸਟੀ ਹੋਣਗੇ ਜਿਸ ਤਰ੍ਹਾਂ ਦੇ ਸਮੋਸੇ ਅਸੀਂ ਮਾਰਕੀਟ ਤੋਂ ਲੈ ਕੇ ਆਉਂਦੇ ਆ ਸੇਮ ਉਸੇ ਤਰ੍ਹਾਂ ਦੇ ਬਣ ਕੇ ਤਿਆਰ ਹੋਏ ਆ ਅੱਡੇ ਇਹ ਦਾਲ ਵਾਲੇ ਸਮੋਸੇ ਬਾਕੀ ਸਮੋਸਿਆਂ ਨਾਲੋਂ ਕਿਤੇ ਵੱਧ ਟੇਸਟੀ ਹੋਣਗੇ ਇੱਕ ਵਾਰ ਤੁਸੀਂ ਇਹ ਰੈਸਪੀ ਆਪਣੇ ਘਰ ਦੇ ਵਿੱਚ ਜ਼ਰੂਰ ਬਣਾ ਕੇ ਟਰਾਈ ਕਰਿਓ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਖਵਾਇਓ ਤੁਹਾਨੂੰ ਇਹ ਰੈਸਪੀ ਜ਼ਰੂਰ ਪਸੰਦ ਆਵੇਗੀ ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੀ ਦਾਲ ਵਾਲੇ ਸਮੋਸੇ ਬਣਾਉਣ ਦੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਹੋਰ ਬਹੁਤ ਸਾਰੀਆਂ ਨਵੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਅੱਜ ਦੀ ਮੇਰੀ ਰੈਸਪੀ ਤੁਹਾਨੂੰ ਕਿਹੋ ਜਿਹੀ ਲੱਗੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਚਲੋ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਰੈਸਪੀ ਦੇ ਨਾਲ। ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।